माँ की ममता की उदाहरण दे रही है खन्ना की 32 साल की परमजीत कौर जो रोजाना अपने 5 महीने का मासूम बच्चे अपनी पिठ से बन के खन्ने दी कचहरियां दे विच वकीलां दे चैंबर दी सफाई करन दा काम करदी है। घर दी गरीबी अते किराए दा मकान होण कारण अते घर विच कोई होर मैंबर ना होण कारण मजबूरन उस नूं अपना 5 महीने दा बच्चे नूं पिट ते बन के कई कई घंटे झाड़ू पोचा साफ सफाई करनी पैंदी है। तुसीं वी देखो अमन डांगर दी एक खास रिपोर्ट लाइव भारत। नाम है जी तुहाडा? परमजीत कौर है जी। ਕਿੱਥੋਂ ਦੇ ਰਹਿਣ ਵਾਲੀ ਹੋ ਜੀ ਤੁਸੀਂ? ਵੀਰ ਜੀ ਮੈਂ ਆਯਾਰ ਨਗਰ ਕ੍ਰਿਸ਼ਨਪਾਲ MC ਵਾਲੀ ਬੀਹੀ ਚ ਜੀ। ਕੀ ਕਾਰਨ ਹੈ ਜਿਹੜਾ ਤੁਸੀਂ ਕਚਹਿਰੀਆਂ ਦੇ ਵਿੱਚ ਆਪਣੇ ਛੋਟੇ ਜਿਹੇ ਬੱਚੇ ਨੂੰ ਲੈ ਕੇ ਉੱਥੇ ਕੰਮ ਕਰਦੇ ਹੋ? ਤੇ ਬੱਚਾ ਤੁਹਾਡੇ ਕਿੰਨੇ ਮਹੀਨੇ ਦਾ? ਵੀਰ ਜੀ ਬੱਚਾ ਮੇਰਾ 6 ਮਹੀਨੇ ਦਾ ਜੀ ਤੇ ਮੇਰਾ ਘਰ ਦਾ ਖਰਚਾ ਤਾਂ ਗੁਜ਼ਾਰਾ ਨਹੀਂ ਹੁੰਦਾ ਤਾਂ ਕਰਕੇ ਕਚਹਿਰੀਆਂ 'ਚ ਕੰਮ ਕਰਦੇ ਆ ਜੀ। ਕਿੰਨੇ ਘੰਟੇ ਕੰਮ ਕਰਦੇ ਹੋ ਤੁਸੀਂ ਕਚਹਿਰੀਆਂ ਦੇ? ਵੀਰ ਜੀ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਕਚਹਿਰੀਆਂ 'ਚ ਕੰਮ ਕਰਦੇ ਆ। 4 ਵਜੇ ਤੋਂ ਲੈ ਕੇ 7 ਵਜੇ ਤੱਕ ਕਿਸੇ ਕੋਠੀ 'ਚ ਕੰਮ ਕਰਦੇ ਹਾਂ ਜੀ ਸ਼ਾਮ ਨੂੰ। ਕੋਈ ਪਰੇਸ਼ਾਨੀ ਨਹੀਂ ਆਉਂਦੀ ਇੰਨਾ ਛੋਟਾ ਬੱਚਾ ਲੈ ਕੇ ਤੁਸੀਂ ਨਾਲ ਲੈ ਕੇ ਚੱਲਦੇ ਹੋ ਕੰਮ ਕਰਨ ਦੇ ਲਈ? ਔਖਿਆਈ ਆਉਂਦੀ ਹੈ ਜੀ? ਔਖਿਆਈ ਤਾਂ ਆਉਂਦੀ ਹੈ ਜੀ, ਪਿੱਠ ਦੁਖਣ ਲੱਗ ਜਾਂਦੀ ਹੈ, ਮੋਢੇ ਦੁਖਣ ਲੱਗ ਜਾਂਦੇ ਨੇ ਕਈ ਵਾਰ, ਬੱਚੇ ਨੂੰ ਵੀ ਆਉਂਦੀ ਹੈ ਦਿੱਕਤ, ਬੱਚਾ ਵੀ ਪਿੱਠ ਦੁਖਦੀ ਹੈ, ਲੱਤਾਂ ਦੁਖਦੀਆਂ ਇਹਦੀਆਂ ਵੀ। ਜਿੱਦਾਂ ਕਿ ਤੁਸੀਂ ਕੰਮ ਕਰ ਰਹੇ, ਕੋਈ ਅਪਰਾਧ ਨਹੀਂ ਕਰਦਾ ਹੈਗਾ ਵੀ ਤੁਸੀਂ ਆਪਣੇ ਬੱਚੇ ਨੂੰ ਨਾਲ ਲੈ ਕੇ ਸਾਡੇ ਕੰਮ ਦੇ ਸਟਾਫ ਦਾ ਵਿਘਨ ਪੈਂਦਾ? ਵੀਰ ਜੀ ਪਹਿਲਾਂ ਕਰਦੇ ਸੀ, ਹੁਣ ਨਹੀਂ ਕੋਈ ਕਹਿੰਦਾ ਹੈਗਾ। ਪਹਿਲਾਂ ਜ਼ਰੂਰ ਕਹਿੰਦੇ ਸੀ ਵੀ ਤੂੰ ਇਹਨੂੰ ਕੰਮ 'ਤੇ ਲੈ ਕੇ ਆਉਂਦੀ ਹੈ, ਠੰਡ ਲਵਾ ਦੇਂਗੇ, ਨਹੀਂ ਕੁਛ ਕਰ ਦੇਂਗੇ, ਬਿਮਾਰ ਹੋ ਜੂਗਾ ਇਹ। ਅਤੇ ਫਿਰ ਜਿਵੇਂ ਜਿਵੇਂ ਉਹਨਾਂ ਨੂੰ ਪਤਾ ਲੱਗੇ ਵੀ ਇਹਨੂੰ ਸਾਂਭਣ ਵਾਲਾ ਕੋਈ ਨਹੀਂ ਹੈ, ਫਿਰ ਵਿਚਾਰੇ ਕਿਸੇ ਨੇ ਕੁਛ ਨਹੀਂ ਕਿਹਾ, ਆਪ ਇਹ ਕਈ ਵਾਰ ਸਾਂਭ ਲੈਂਦੇ ਨੇ ਉਰੇ, ਕਈ ਵਾਰ ਕਹਿ ਦਿੰਦੇ ਨੇ ਵੀ ਬਹਿ ਜਾ, ਪਰ 5-10 ਮਿੰਟ ਬਹਿ ਜਾ, ਇਹਨੂੰ ਫੀਡ ਕਰਾ ਲਓ, ਦੁੱਧ ਦੱਧ ਦੇ ਦਿਓ। ਕਿੰਨੇ ਮਹੀਨੇ ਦਾ ਬੱਚਾ ਜੀ? 6 ਮਹੀਨੇ ਦਾ ਜੀ। ਕਿੰਨੇ ਬੱਚੇ ਨੇ? ਮੇਰੇ 3 ਬੱਚੇ ਆ ਜੀ। ਮੁਸ਼ਕਿਲ ਵੀਰ ਜੀ, ਬੈਠਣ ਉੱਠਣ ਚ ਜ਼ਿਆਦਾ ਦਿੱਕਤ ਆਉਂਦੀ ਹੈ, ਤੇ ਬੱਚੇ ਨੂੰ ਵੀ ਪਿੱਛੇ ਫਿਰ ਜਦੋਂ ਬੈਠਦਾ ਤਾਂ ਟਾਈਟ ਹੋ ਜਾਂਦਾ ਪਿੱਛੇ। ਬਸ ਕੈਮਰੇ ਦਾ ਕੰਮ ਕਰਕੇ ਘਰ ਦੇ ਵੀ ਕੰਮ ਕਰਦੇ ਹੋ ਜਾ ਕੇ? ਹਾਂਜੀ। ਤੇ ਘਰ ਦਾ ਕਿੰਨਾ ਕੁ ਵਰਕ ਹੈਗਾ ਤੇ ਬੱਚੇ ਕਿੰਨੇ ਹੈਗੇ ਨੇ? ਬੱਚੇ ਮੇਰੇ 2 ਬੱਚੇ ਬੜੇ ਆ ਜੀ, ਬੜਾ ਬੇਟਾ 9 ਸਾਲ ਦਾ, ਗੁੜੀਆ ਮੇਰੀ 4 ਸਾਲ ਦੀ ਆ ਜੀ, ਇਹ 6 ਮਹੀਨੇ ਦਾ ਜੀ। ਕਿਸੇ ਨੂੰ ਪੜ੍ਹਾਈ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ? ਤੁਹਾਨੂੰ ਕੀ ਦਿੱਕਤਾਂ? ਵੀਰ ਜੀ ਮੈਂ ਉਹਨਾਂ ਨੂੰ ਪ੍ਰਾਈਵੇਟ ਸਕੂਲ 'ਚ ਪਾਇਆ ਸੀ, ਪਰ ਮੇਰੇ ਤੋਂ ਹੁਣ ਉਹਦੀਆਂ ਫੀਸਾਂ ਨਹੀਂ ਦਿੱਤੀਆਂ ਜਾਂਦੀਆਂ, ਫੀਸਾਂ ਬਹੁਤ ਜ਼ਿਆਦਾ ਹੋ ਗਈਆਂ, ਅਤੇ ਕਈ ਵਾਰ ਮੇਰੇ ਤੋਂ ਫੀਸ ਵੀ ਨਹੀਂ ਭਰਾਈ ਜਾਂਦੀ, ਜੁਰਮਾਨਾ ਲੱਗ ਜਾਂਦਾ ਜੀ। ਹੁਣ ਇਹ ਸੋਚਦੇ ਆ ਵੀ ਇਸ ਆਹ ਸਾਲ ਲਗਾ ਕੇ ਉਹਨਾਂ ਦਾ ਅਗਲੇ ਸਾਲ ਉਹਨਾਂ ਨੂੰ ਸਰਕਾਰੀ ਸਕੂਲ 'ਚ ਲਗਾ ਦਾ ਜੀ। ਮਕਾਨ ਆਪਣਾ ਤੁਹਾਡਾ? ਨਹੀਂ ਜੀ, ਮਕਾਨ ਆਪਣਾ ਨਹੀਂ ਹੈਗਾ, ਕਿਰਾਏ 'ਤੇ ਆ ਜੀ। ਕੀ ਕਰਦੇ ਜੀ? ਆਪਣਾ ਰੂਪਾ ਸਾਹਿਬ ਨਾਲ ਦੇ ਉੱਥੇ ਬੋਰੀਆਂ ਚੱਕਦੇ ਨੇ ਜੀ।